가져가지. 에트고. ਹਾਂਜੀ ਅਸਲਾਮ ਅਲੈਕਮ ਅਮੀਰ ਕਸਾਂ ਸਾਰੇ ਪਿਆਰ ਭਰਾ ਠੀਕ ਹੋ ਮੈਂ ਮਨਸੂਰ ਜੱਟ ਜੀ ਬਿਲਕੁਲ ਦੇਖਣਾ ਦੋਸਤੋ ਬਾਰਿਸ਼ ਮਾਸ਼ਾਅੱਲਾ ਖੂਬਸੂਰਤ ਬਾਰਿਸ਼ ਸ਼ੁਰੂ ਹੋ ਗਈ ਹੈ ਤੁਸੀਂ ਪਤਾ ਹੁਣ ਸਾਹਮਣੇ ਨਾ ਮੌਸਮ ਸ਼ੁਰੂ ਹੋਣਾ ਲੱਗਿਆ ਤਾਂ ਬਾਰਿਸ਼ਾਂ ਦਾ ਵੀ ਸਿਲਸਿਲਾ ਸ਼ੁਰੂ ਹੋ ਗਿਆ ਤਕਰੀਬਨ ਦੋਸਤੋ ਸਖਤ ਗਰਮੀ ਤੋਂ ਬਾਅਦ ਜਨਾਬ ਬਾਰਿਸ਼ ਸ਼ੁਰੂ ਹੋਈ ਗਈ ਹੈ ਮਾਸ਼ਾਅੱਲਾ ਇੰਤਹਾਈ ਖੂਬਸੂਰਤ ਇਤਨੀ ਤੇਜ਼ ਹੁਣ ਬਾਰਿਸ਼ ਲੈਣੀ ਤਕਰੀਬਨ ਦੋਸਤੋ ਬਹੁਤ ਤੇਜ਼ ਬਾਰਿਸ਼ ਸ਼ੁਰੂ ਹੋਈ ਹੈ ਇਹ ਤਕਰੀਬਨ ਦੋਸਤੋ ਬਹੁਤ ਇੰਤਹਾਈ ਤੇਜ਼ ਬਾਰਿਸ਼ ਸ਼ੁਰੂ ਹੋਈ ਹੈ ਤਕਰੀਬਨ ਦੋਸਤੋ ਅੱਜ ਜਿਹੜੀ ਵੀਡੀਓ ਅਸੀਂ ਬਾਰਿਸ਼ ਦੇ ਸਿਲਸਿਲੇ ਤਕਰੀਬਨ ਦੋਸਤੋ ਮਾਸ਼ਾਅੱਲਾ ਇੰਤਹਾਈ ਖੂਬਸੂਰਤ ਇਹ ਤਾਂ ਕਿਸੇ ਉਹ ਪਾਰ ਧਰਾ ਹੀ ਤੱਕੋ ਜੀ ਉਹ ਪਾਰ ਧਰਾ ਹੀ ਤੱਕੋ ਕਿੰਨੀ ਤੇਜ਼ ਬਾਰਿਸ਼ ਹੋਏਗੀ ਮਾਸ਼ਾਅੱਲਾ ਇੰਤਹਾਈ ਖੂਬਸੂਰਤ ਬਾਰਿਸ਼ ਹੋ ਰਹੀ ਹੈ ਐਂ ਤੱਕ ਨਹੀਂ ਦੋਸਤੋ ਅਸਾਂ ਬਰਾਂਡੀ ਖਿਲਦੇ ਹਾਂ ਜੀ ਬਰਾਂਡੀ ਹੋਣੀ ਹੈ ਜਿਹੜੀ ਉੱਥੇ ਖਿਲਦੇ ਹਾਂ ਜਿੱਥੋਂ ਅਸਾਂ ਕਿ ਬਾਰਿਸ਼ ਨਾ ਇੱਥੇ ਬਾਰਿਸ਼ ਮਤਲਬ ਨਾ ਪੈ ਬਾਕੀ ਤੱਕ ਦੋਸਤੋ ਖੱਟ ਖੱਟੇ ਵੀ ਖਿਲਦੇ ਹਾਂ ਖੱਟੇ ਵੀ ਖਿਲਣਾ ਇਹ ਮਕਸਦ ਹੈ ਕਿ ਉੱਚੀ ਜਗ੍ਹਾ ਹੋਈ ਜਾਂ ਤਾਂ ਮਾਸ਼ਾਅੱਲਾ ਬੜੀ ਖੂਬਸੂਰਤ ਬਾਰਿਸ਼ ਹੋਈ ਤਕਰੀਬਨ ਮਾਸ਼ਾਅੱਲਾ ਇੰਤਹਾਈ ਖੂਬਸੂਰਤ ਬਾਰਿਸ਼ ਤੱਕੋ ਜੀ ਮਾਸ਼ਾਅੱਲਾ ਇੰਤਹਾਈ ਖੂਬਸੂਰਤ ਬਾਰਿਸ਼ ਹੋਈ ਗਈ ਹੈ ਹੁਣ ਤੱਕ ਦੋਸਤੋ ਮੌਸਮ ਚੈੱਕ ਕਰੋ ਇਸ ਪੈਸਾ ਜਨਾਬ ਨਿੰਬਲ ਹੈ ਫੁੱਲ ਨਿੰਬਲ ਹੈ ਇਸ ਪੈਸਾ ਨਿੰਬਲ ਹੈ ਤਾਂ ਇਸ ਪੈਸਾ ਦੱਸਣਾ ਤੱਕ ਦੋਸਤੋ ਜਨਾਬ ਬਾਰਿਸ਼ ਲੱਗੀ ਹੈ ਬਹੁਤ ਸਖਤ ਇੱਧਰ ਤੱਕ ਦੱਸੋ ਇਤਨੀ ਸਖਤ ਇੱਧਰ ਬਾਰਿਸ਼ ਲੱਗੀ ਹੈ ਤੱਕੋ ਬੱਦਲ ਗੱਜਣਾ ਲੱਗਿਆ ਅੱਛਾ ਇਹ ਬਾਜ਼ ਬਹੁਤ ਜ਼ਿਆਦਾ ਇਹ ਇੱਧਰ ਮੌਸਮ ਦੇ ਕੁਦਰਤੀ ਨਾਮ ਤੋਂ ਦੱਸੋ ਬਾਕੀ ਇਹ ਚੈੱਕ ਕਰੋ ਜੀ ਪਰਨਾਲਾ ਇਹ ਤੱਕੋ ਜੀ ਪਰਨਾਲੇ ਸਹੀ ਲਸ਼ਕੇ ਖੜਕੇ ਵੀ ਵਗਣੇ ਲੱਗੇ ਤਾਂ ਦੱਸੋ ਬਾਰਿਸ਼ ਤੋਂ ਬਾਅਦ ਪਰਨਾਲੇ ਸਹੀ ਭਾਗ ਰਹੇ ਹੈ ਆਹ ਤਾਂ ਦੱਸੋ ਇਹ ਉਹ ਤੱਕੋ ਅਬਰਾਹਿਮ ਜੱਟ ਇਹ ਅਬਰਾਹਿਮ ਜੱਟ ਜਨਾਬ ਪਰਨਾਲੇ ਅੱਠੇ ਨਾ ਲੱਗਿਆ ਤਾਂ ਦੱਸੋ ਪ੍ਰਾਪਰ ਇੱਕ ਪੁਰਾਣੀ ਯਾਰ ਤਾਂ ਲੱਗਣਾ ਹੋਇਆ ਇਹ ਤੱਕੋ ਜੀ ਬਾਕੀ ਤੁਸੀਂ ਜਨਾਬ ਬਾਰਿਸ਼ ਦਾ ਮੌਸਮ ਚੈੱਕ ਕਰਾਉਣੇ ਆ ਤੱਕੋ ਜੀ ਕੱਲ੍ਹ ਮੱਕਾਂ ਰੜੀਆਂ ਸਨ ਤੱਕੋ ਜੀ ਬਾੜੀਆਂ ਜਨਾਬ ਲਿਆਰ ਹੋਈ ਗਈਆਂ ਪਾਣੀ ਖਲੀ ਆ ਇੱਧਰ ਇਸ ਪੈਸਾ ਚੈੱਕ ਕਰਨੇ ਦੋਸਤੋ ਮਾਸ਼ਾਅੱਲਾ ਇਸ ਪੈਸੇ ਵੀ ਖੂਬਸੂਰਤ ਮੌਸਮ ਹੋਈ ਗਿਆ ਬਾਕੀ ਉੱਧਰ ਬਦਲ ਬਹੁਤ ਤੇਜ਼ ਲੱਗੀ ਆ ਹੋਈ ਹੋਈ ਮਾਸ਼ਾਅੱਲਾ ਇੰਤਹਾਈ ਖੂਬਸੂਰਤ ਬਾਰਿਸ਼ ਲੱਗੀ ਹੈ ਹੁਣ ਜੀ ਅਬਰੇਮ ਸਾਹਿਬ ਕੀ ਹਾਲ ਹੈ ਠੀਕ ਹੋ ਤੂੰ ਦੱਸੋ ਸਵੇਰੇ ਨੇ ਦੱਸ ਅੱਛਾ ਜੀ ਉੱਥੇ ਤੱਕੋ ਜੀ ਅਬਰੇਮ ਸਾਹਿਬ ਆਈ ਗਏ ਜਨਾਬ ਸਵੇਰੇ ਸਰ ਅਤੇ ਲਸ਼ਕੇ ਖੜਕੇ ਔਰ ਲਹਿਰਾਂ ਵਿੱਚ ਓਮ ਪਰਨਾਲੇ ਹੇਠ ਬੜਸੋ ਬੜੋ ਹਾਂ ਤੱਕੋ ਜੀ ਪਰਨਾਲਾ ਸਹੀ ਵਗੀ ਰਿਹਾ ਮਾਸ਼ਾਅੱਲਾ ਮਾਸ਼ਾਅੱਲਾ ਤੱਕੋ ਦੱਸੋ ਤੱਕੋ ਜੀ ਪ੍ਰਾਪਰ ਇੱਕ ਅਜੇ ਪੈਰ ਧੋਈ ਰੇ ਬਾਕੀ ਬਾਰਿਸ਼ ਖਲੀ ਗਈ ਹੁਣ ਲੈ ਇਲਾ ਬਾਰਿਸ਼ ਖਲੀ ਗਈ ਹੈ ਬਿਲਕੁਲ ਇਲਾ ਬਾਰਿਸ਼ ਖਲੀ ਗਈ ਹੈ ਹੁਣ ਬਾਰਿਸ਼ ਜੇ ਫਿਰ ਇਸ ਨੇ ਫਿਰ ਨਿਸ਼ਾਨ ਸਾਂ ਮਿਲਸਾਂ ਇਲਾ ਫਿਲਹਾਲ ਇਸ ਪੈਸਾ ਜਨਾਬ ਦੋਸਤੋ ਸਹੀ ਮੌਸਮ ਸੋਹਣਾ ਬਣੀ ਗਿਆ ਇਹ ਚੜ੍ਹ ਕਿਉਂਕਿ ਸੋਹਣੀ ਗਈ ਬਾਰਿਸ਼ ਫਿਲਹਾਲ ਉਦੋਂ ਉੱਪਰ ਚੜੀ ਗਈ ਹੈ ਪਰ ਹੁਣ ਬਾਰਿਸ਼ ਇੱਥੇ ਫਿਰ ਇਨਸ਼ਾ ਲੱਗਾ ਤੁਹਾਨੂੰ ਮਿਲਸਾਂ ਅਬਰਾਹਿਮ ਜੀ ਕਿਆ ਕਰਨੇ ਹੋ ਕਿਆ ਟੀ ਪਿਆ ਕਿਆ ਚੀਜ਼ ਸੁਣਨੇ ਹੋ ਇਹ ਕੀ ਹੈ ਡੰਡਾਰ ਚਾਹੀ ਨੇ ਕਿਹੜੀ ਚੀਜ਼ ਲਾਉਣੇ ਹੋ ਇਹ ਸੇਸ ਰੱਖੀਏ ਨਿਕੰਮੇ ਕੰਮ ਪੌੜੇ ਨੇ ਤੱਕੋ ਜੀ ਇਹ ਤੱਕੋ ਇਹ ਕਿਹਾ ਜਿਹੜਾ ਮੈਂ ਧੁੱਪ ਚੜੀ ਧੁੱਪ ਚੜੀ ਹੈ ਤੱਕੋ ਧੁੱਪ ਚੜੀ ਹੈ ਪਰ ਨਾਲ ਉਹ ਬਗਿਆ ਉਹ ਤੱਕੋ ਧੁੱਪ ਚੜੀ ਵੀ ਤੇ ਇਹ ਕਿਹਾ ਬ੍ਰਿੰਸਪ ਹੋਇਆ ਉਰੇ ਸੀਡ ਸੀਡ ਲੱਗੀ ਵੀ ਹੈ ਪਰਨਾਲਾ ਬੰਦ ਹੋਇਆ ਸੀ ਜਿਹੜੇ ਉੱਪਰ ਐਤਕ ਪਰਨਾਲਾ ਬੰਦ ਹੋਇਆ ਸੀ ਜੀ ਜਨਾਬ ਦੋ ਘੰਟਿਆਂ ਬਾਅਦ ਤਕਰੀਬਨ ਫਿਰ ਬਾਰਿਸ਼ ਜਨਾਬ ਚੜੀ ਤੱਕ ਨਾ ਸੋ ਚੱਖੜ ਬਹੁਤ ਜ਼ਿਆਦਾ ਚੱਖੜ ਚੱਕਣ ਤੱਕਣੇ ਉਸ ਦੋ ਘੰਟਿਆਂ ਬਾਅਦ ਫਿਰ ਮਾਸ਼ਾਅੱਲਾ ਬਾਰਿਸ਼ ਨਾਲ ਮੌਸਮ ਬਣੀ ਗਿਆ ਤੱਕਣੇ ਉਸ ਇਹ ਤੱਕੋ ਜੀ ਕਾਲੇ ਕਾਲੇ ਸ਼ਾਹ ਚਾੜ ਜਨਾਬ ਆਈ ਰਹੇ ਤੱਕਣੇ ਉਸ ਸਹੀ ਲਸ਼ਕੇ ਵੀ ਬਾਕੀ ਹੁਣ ਤੱਕਣੇ ਬਾਰਿਸ਼ ਹੋ ਸੀ ਜਾਂ ਚੱਖੜ ਹੋ ਸੀ ਤੱਕਣੇ ਉਸ ਹੁਣ ਚੱਖੜ ਤਾਂ ਬਹੁਤ ਸਖਤ ਆਈ ਰਿਹਾ ਬੜਾ ਤੇਜ਼ ਚੱਖੜ ਇਹ ਤੱਕਣੇ ਉਸ ਓਏ ਹੋਏ ਧੂਣਾ ਸ਼ੁਰੂ ਹੁਣ ਤੱਕਣੇ ਕਿਆ ਸੀ ਉਹ ਤਾਂ ਕਿਸੇ ਨੇ ਕੁੱਕੜ ਸ਼ੁੱਕੜ ਸਹੀ ਜਨਾਬ ਸਹੀ ਡਰਨੇ ਲੱਗੇ ਪਏ ਆਉਣੇ ਕਿ ਕਿਆ ਹੋਈ ਗਿਆ ਇਹ ਤਾਂ ਕੋਈ ਮਿੱਟੀ ਇਹ ਤਾਂ ਕਿਸੇ ਨੇ ਹੁਣ ਲੋਕਾਂ ਨੇ ਜਨਾਬ ਸਹੀ ਭਾਂਡੇ ਡਿੰਡੇ ਟੇਣੇ ਲੱਗੇ ਪਏ ਤਾਂ ਪਾ ਧਾਰਾ 'ਚ ਮੌਸਮ ਦਾ ਸਹੀ ਸੋਹਣਾ ਹੋਇਆ ਲਸ਼ਕਿਆ ਸਹੀ ਤਾਂ ਇਹਦੇ ਗ੍ਰਾਂ ਜਨਾਬ ਸਹੀ ਚੱਖੜ ਆਈ ਗਿਆ ਹੁਣ ਤੱਕਣੇ ਬਾਰਿਸ਼ ਹੋ ਸੀ ਹਾਲੇ ਚੱਖੜ ਹੋ ਸੀ ਸਵੇਰਾ ਬੜੀ ਬਾਰਿਸ਼ ਹੋਈ ਹੈ ਉਸ ਤੋਂ ਬਾਅਦ ਬਾਰਿਸ਼ ਖਲ ਗਈ ਸੀ
ਤਾਂ ਹੁਣ ਦੁਬਾਰਾ ਜਨਾਬ ਸਹੀ ਝੱਖੇ ਨਾਲ ਬਾਰਿਸ਼ ਹੋਈ ਸੀ। ਪਿੰਡੀਲੇ ਪਾਸੇ ਬਹੁਤ ਸਖਤ ਬਾਰਿਸ਼ ਲੱਗੀ ਵੀ ਹੈ। ਉਸ ਤੋਂ ਬਾਅਦ ਇੱਧਰ ਪਹਿਲੇ ਹੋਈ ਗਈ ਸੀ ਬਾਰਿਸ਼, ਤਾਂ ਹੁਣ ਝੱਖੜ ਆਈ ਗਿਆ। ਹੁਣ ਤੱਕਣੇ ਆ ਕਿਤਨਾ ਜ਼ਿਆਦਾ ਝੱਖੜ ਸੀ ਜਾਂ ਬਾਰਿਸ਼ ਨਾਲ ਹੀ ਸੀ, ਤੱਕਣੇ ਆ ਕਿਆ ਹੋਣਾ ਕਿਆ। ਇਹ ਤਾਂ ਕਿਸੇ ਜਨਾਬ ਬਹੁਤ ਇੰਤਹਾਈ ਜ਼ਿਆਦਾ ਝੱਖੜ ਆਈ ਗਿਆ। ਤੱਕੋ ਜੀ ਮਾਸ਼ਾਅੱਲਾ ਬਾਰਿਸ਼ ਫਿਰ ਆਏਗੀ ਜਨਾਬ, ਤੱਕਣੇ ਸੋਏ ਤੱਕੋ ਚੜ ਤੱਕੋ ਹਾਂ। ਇਸ ਵਾਰੀ ਲਾ, ਇਸ ਵਾਰੀ ਜਨਾਬ ਬਹੁਤ ਸਖਤ ਆਈ ਨੇ ਬਦਲਿਸ਼ ਨੇ ਮੰਨੇ ਇਮਕਾਨ, ਕਿਉਂਕਿ ਸਵੇਰਾ ਜੇ ਬਾਰਿਸ਼ ਹੋਈ ਸੀ ਉਹਦਾ ਸਾਦੀ ਆਈ ਗਈ ਸੀ, ਤਾਂ ਹੁਣ ਸਹੀ ਕਾਲੇ ਕਾਲੇ ਸ਼ਾਹ ਚੜ੍ਹ ਨੇ। ਜੇ ਕਸ ਚੜ ਸੀ ਇਨਸ਼ਾਅੱਲਾ ਤੁਸੀਂ ਕਸ ਹੀ ਦੱਸਾਂ, ਤੱਕਣੇ ਕਸ ਚੰਨਾ ਨਹੀਂ ਚੰਨਾ ਅੱਜ ਜਾਂ ਬਾਰਿਸ਼ ਕਿੱਥੇ ਹੋਈ ਤਾਂ ਵੈਸੇ ਕਿੱਥੇ ਕਸ ਦੱਸਣਾ ਪਈ ਸੀ ਤੱਕਣੇ ਸੋਚ ਹੋ ਗਏ। ਐਤਕੋ ਜੀ ਸਰਕਾਰ ਸ਼ਾਮਾਂ ਟਾਈਮ ਹੋਈ ਗਿਆ, ਬਾਰਿਸ਼ਾਂ ਖਲੀ ਗਈ, ਬਾਰਿਸ਼ ਖਲੀ ਗਈ ਹੈ। ਬਾਕੀ ਤੱਕੋ ਜੀ ਉਹਦਾ ਮਾਸ਼ਾਅੱਲਾ ਮੁਹਰਮ ਚੰਨ ਜਨਾਬ ਤੱਕਣੇ ਸੋ ਮੁਹਰਮ ਚੰਨ ਜਨਾਬ ਤੱਕਣੇ ਤੱਕ ਸਕਣੇ ਹੋ। ਬਾਕੀ ਤੱਕੋ ਜੀ ਮੌਸਮ ਸਹੀ ਸੋਹਣਾ ਹੋਈ ਗਿਆ, ਲਸ਼ਕਿਆ ਖੜਕੇ ਆ। ਇੱਧਰ ਕੋਈ ਬੰਦਾ ਚੜਿਆ ਉਹਨੇ ਕਿਹਾ ਹੈ ਰਾ ਜੀ ਕਿਆ ਉੱਪਰ ਕਿਆ ਕਿਆ ਚੀਜ਼ ਹੈ ਉੱਪਰ ਜਨਾਬ ਤੱਕ ਸਕਣ ਪੈਪ ਸ਼ੈਪ ਲਾਈ ਰਹੇ ਟੈਂਕੀ ਪਰ ਕਿ ਪੈਪ ਨਹੀਂ ਜਾਣਾ ਪਹਿਲੇ ਬਾਕੀ ਬਾਰਿਸ਼ ਕਿਤੇ ਹੋਈ ਹੈ ਬਾਰਿਸ਼ ਸੋਹਣੀ ਹੋਈ ਹੈ ਟੈਂਕੀ ਜਨਾਬ ਪੈਪ ਲਈ ਤੱਕਣ ਟੈਂਕੀ ਜਨਾਬ ਪੈਪ ਲਈ ਰਹੇ। ਬਾਕੀ ਤਾਂ ਕੁਝ ਮੌਸਮ ਸਹੀ ਲਸ਼ਕਿਆ ਖੜਕਿਆ ਔਰ ਲਹਿਰਾਂ 'ਚ ਹੈ ਆ ਜਨਾਬ ਤੱਕ ਨਹੀਂ ਦੱਸੋ। ਇਹ ਤਾਂ ਕੁਝ ਬਿੱਲੀ ਇਹ ਤਾਂ ਕੋਈ ਬਿੱਲੀ ਸਹੀ ਚਿਕਰਾ ਥੱਪੀ ਵੀ ਇੱਕ ਇੱਕ ਉਹਦੇ ਆ ਤਾਂ ਇੱਕ ਇਹਦੇ ਆ ਇਹ ਚਿਕਰਾ ਥੱਪੀ ਵੀ ਬੱਚੇ ਤਾਂ ਦੇਈ ਹੋਏ ਰਾਤੀ ਕੱਲ੍ਹ ਬੱਚੇ ਕਿ ਨਹੀਂ ਗਏ ਭਾਈ ਹੋਰ ਬੜੇ ਦੂਰ ਰਾਤ ਕਿਉਂ ਦੱਸੋ। ਮੌਸਮ ਸਹੀ ਸੋਹਣਾ ਹੋਈ ਗਿਆ ਮਾਸ਼ਾਅੱਲਾ ਖੂਬਸੂਰਤ ਬਾਰਿਸ਼ ਖਲੀ ਗਿਆ ਕਿਹਾ ਸਵੇਰਾ ਬਾਰਿਸ਼ ਸ਼ੁਰੂ ਹੋਈ ਜਾ। ਇਹ ਤਾਂ ਕੋਈ ਜੀ ਆਹੋ ਵਸੀਮ ਸਾਹਿਬ ਜਨਾਬ ਦੋਨੇ ਦੱਸੋ ਪੈਪ ਸ਼ੈਪ ਲਈ ਰਹੇ ਪੈਪ ਲਿਆਉਣਾ ਸੀ ਕੋਈ ਨਾ ਕੋਈ। ਬਾਕੀ ਤਾਂ ਕੁਝ ਮੌਸਮ ਇੰਤਹਾਈ ਖੂਬਸੂਰਤ ਔਰ ਬਾਕੀ ਤਾਂ ਕੋਈ ਜੀ ਇਹ ਜਨਾਬ ਜੀ ਹੁਣ ਇਹਨੇ ਕੀ ਦੱਸਾਂ ਗੇਂਦ ਇਹਨੇ ਦੱਸਾਂ ਗੇਂਦ ਆਸਾਂ ਬਾਲਿੰਗ ਕਰੋ ਕਿਉਂਕਿ ਮੈਚ ਸ਼ੈਚ ਹੁਣ ਖੇਡਣਾ ਪਏ ਸੀ। 8 ਮਿੰਟ ਸਾਰੇ ਵੀਡੀਓ ਨੇ ਪੂਰੇ ਹੋਈ ਗਏ ਅਤੇ ਕੋਈ ਬਾਲ ਬਿਟੀ ਨੇ ਭਰੇ ਆ ਕਾਫੀ ਇਹ ਤੱਕ ਹੀ ਸਕਣੀ ਹੋਏ 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 ਅਤੇ ਇਨਸ਼ਾਅੱਲਾ ਕੱਲ੍ਹ ਝੋਈ ਇਮਰਾਨ ਮੋਗਲ ਨੇ ਕਾਰ ਨੇ ਹੀ ਜਾ ਇਨਸ਼ਾਅੱਲਾ ਕੱਲ੍ਹ ਇਮਰਾਨ ਮੋਗਲ ਨੇ ਕਾਰ ਜਾ ਸਾਂ ਝੁੜਈ ਉੱਥੇ ਵੀਡੀਓ ਬਣਾ ਸਾਂ। ਅਗਰ ਕੱਲ੍ਹ ਗਏ ਤਾਂ ਇਮਰਾਨ ਮੋਗਲ ਨਾਲ ਮੁਲਾਕਾਤ ਕਰ ਸਾਂ 100 ਦਿਹਾੜੇ ਬਾਅਦ ਇੱਕ 100 ਦਿਹਾੜੇ ਬਾਅਦ ਇਮਰਾਨ ਮੋਗਲ ਨੇ ਮੁਲਾਕਾਤ ਕਰ ਸਾਂ ਉੱਥੇ ਹਾਲਾਤ ਸੀ ਦੱਸਾਂ ਹਾਲਾਤ ਕੈਸੇ ਮੌਸਮ ਕੈਸਾ ਆ ਕੱਲ੍ਹ ਬਾਰਿਸ਼ ਜੇ ਨਾ ਹੋਈ ਤਾਂ ਇਨਸ਼ਾਅੱਲਾ ਕੱਲ੍ਹ ਸਾਂ ਜਾ ਸਾਂ ਤਹਿਸੀਲ ਝੁੜਈ ਜ਼ਿਲ੍ਹਾ ਕੋਟਲੀ ਆਜ਼ਾਦ ਕਸ਼ਮੀਰ। ਚਲੋ ਜੀ ਬਾਲਿੰਗ ਕਰੋ।